ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਵੱਲੋਂ ਗੋਲਡਨ ਐਵਨਿਊ ਵਿਖੇ ਇਲਾਕੇ ਦੇ ਪਾਰਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਆਖਿਆ ਕਿ ਇਸ ਪਾਰਕ ਵਿੱਚ ਬੱਚਿਆਂ ਬਜ਼ੁਰਗਾਂ ਲਈ ਹਰ ਸੁਵਿਧਾ ਉਪਲਬਧ ਕੀਤੀ ਜਾਏਗੀ ਜੋ ਕਿ ਲੋਕਾਂ ਦੀ ਦਿੱਖ ਅਤੇ ਖਿੱਚ ਦਾ ਕੇਂਦਰ ਬਣੇਗਾ। ਇਸ ਮੌਕੇ ਕੌਂਸਲਰ ਅਰਜੀਤ ਸਿੰਘ ਭਾਟੀਆ, ਸਾਧੂ ਸਿੰਘ ਭਾਟੀਆ, ਰਾਜੇਸ਼ ਸਿੰਘ ਭਾਟੀਆ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ। ਅੱਜ ਜਿਹੜੀ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਵਾਅਦਾ ਕੀਤਾ ਸੀ 2017 ਦੀਆਂ ਚੋਣਾਂ ਦੇ ਵਿੱਚ ਕਿ ਪੂਰੇ ਪੰਜਾਬ ਦੇ ਵਿੱਚ ਵਿਕਾਸ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਏਗੀ, ਉਸ ਨੂੰ ਮੁੱਖ ਰੱਖਦੇ ਹੋਏ ਸਾਡੇ ਲੋਕਲ ਬਾਡੀ ਮਿਨਿਸਟਰ ਸ਼੍ਰੀ ਬ੍ਰਹਮ ਮਹਿੰਦਰਾ ਜੀ ਔਰ ਸਾਡੇ ਮੈਂਬਰ ਆਫ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਜੀ ਔਜਲਾ ਜੀ ਦੇ ਆਸ਼ੀਰਵਾਦ ਦੇ ਨਾਲ ਅੱਜ ਅਸੀਂ ਇਹ ਗੋਲਡਨ ਐਵਨਿਊ ਪਾਰਕ ਦੇ ਵਿੱਚ ਨਿਊ ਗੋਲਡਨ ਐਵਨਿਊ ਦੀਆਂ ਕਈ ਗਲੀਆਂ ਦਾ ਅੱਜ ਉਦਘਾਟਨ ਕੀਤਾ। ਅੱਜ ਅਸੀਂ ਖਾਸ ਕਰਕੇ ਸੀਮਾ ਪ੍ਰਧਾਨ ਜਿਹੜੇ ਇਲਾਕੇ ਦੇ ਨੇ ਇਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਰੇ ਮੇਅਰ ਸਾਹਿਬ ਨੂੰ ਔਰ ਚੇਅਰਮੈਨ ਸਾਹਿਬ ਸਾਡਿਆਂ ਨੂੰ ਸੱਦ ਕੇ ਅਤੇ ਇਸ ਗਲੀਆਂ ਦਾ ਉਦਘਾਟਨ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੋਈ ਗਲੀ ਜਿਹੜੀ ਇਹ ਛੱਡਣੀ ਨਹੀਂ ਬਣਨ ਤੋਂ ਬਗੈਰ। ਵਾਰਡ ਨੰਬਰ 30 ਦੇ ਅਧੀਨ ਆਉਂਦੇ ਇਲਾਕੇ ਗੋਲਡਨ ਐਵਨਿਊ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੇ ਤਹਿਤ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਵੱਲੋਂ ਇਲਾਕੇ ਵਿੱਚ ਗਲੀਆਂ ਨਾਲੀਆਂ ਅਤੇ ਸੜਕਾਂ ਦੇ ਵਿਕਾਸ ਕੰਮਾਂ ਦਾ ਸ਼ੁਭਾਰੰਭ ਕੀਤਾ ਗਿਆ। ਇਸ ਮੌਕੇ ਸ਼੍ਰੀ ਬੱਸੀ ਨੇ ਆਖਿਆ ਕਿ ਚੱਲ ਰਹੇ ਵਿਕਾਸ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਏਗਾ ਅਤੇ ਇਹਨਾਂ ਕੰਮਾਂ ਵਿੱਚ ਕਿਸੇ ਵੀ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਏਗੀ। ਇਸ ਮੌਕੇ ਕੌਂਸਲਰ ਅਜੀਤ ਸਿੰਘ ਭਾਟੀਆ, ਸਾਧੂ ਸਿੰਘ ਭਾਟੀਆ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ। ਗੋਲਡਨ ਐਵਨਿਊ ਦੇ ਵਿੱਚ ਇਹ ਬਹੁਤ ਪੁਰਾਣਾ ਔਰ ਸਾਡੇ ਕੌਂਸਲਰ ਸਾਹਿਬ ਦੇ ਇੱਥੇ ਰਿਹਾਇਸ਼ ਵੀ ਆਪਣੀ ਇਸ ਪਾਰਕ ਦਾ ਜਿਸ ਉਦਘਾਟਨ ਕੀਤਾ। ਲਗਭਗ ਇਸ ਇਲਾਕੇ ਦੇ ਪਾਰਕਾਂ ਨੂੰ 42 ਲੱਖ ਰੁਪਏ ਦਾ ਕੰਮ ਸ਼ੁਰੂ ਕਰਨ ਜਾ ਰਹੇ ਹਾਂ। ਇਕੱਲਾ ਇਹ ਪਾਰਕ ਨਹੀਂ, ਹੋਰ ਵੀ 2-4 ਪਾਰਕ ਹੋਣਗੇ ਔਰ ਮੈਂ ਸਮਝਦਾ ਕਿ ਇਸ ਇਲਾਕੇ ਦੀ ਸਭ ਤੋਂ ਕਰੀਮ ਜਿਹੜੀ ਹੈ ਉਹ ਇਹ ਸਾਰੇ ਇਸ ਇਲਾਕੇ 'ਚ ਰਹਿੰਦੇ ਨੇ। ਬੇਨਤੀ ਕੀਤੀ ਸੀ ਚੇਅਰਮੈਨ ਸਾਹਿਬ ਇੰਪਰੂਵਮੈਂਟ ਟਰੱਸਟ ਨੂੰ ਕਿ ਸਾਡੇ ਇਲਾਕੇ ਦੇ ਵਿੱਚ ਪਾਰਕ ਦੇ ਵਿੱਚ ਕਮਜ਼ੋਰੀਆਂ ਨੇ ਉਹ ਇਹਨਾਂ ਨੂੰ ਦੱਸੀਆਂ ਨੇ ਔਰ ਇਹਨਾਂ ਨੇ ਕਿਹਾ ਵੀ ਜਿੰਨਾ ਰੁਪਈਆ ਵੀ ਲੱਗਦਾ ਇਲਾਕੇ ਦੇ ਵਿੱਚ ਕੋਈ ਇਲਾਕੇ 'ਚ ਪੰਜਾਬ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਬ੍ਰਹਮਿੰਦਰਾ ਵੱਲੋਂ ਕੋਈ ਕਮੀ ਨਹੀਂ ਹੈਗੀ। ਉਹਨਾਂ ਕਿਹਾ ਜੋ ਵੀ ਚੀਜ਼ ਚਾਹੀਦੀ ਹੈ ਉਹ ਜ਼ਰੂਰ ਲਵਾਓ।